ਵੀਡੀਓ ਵਿੱਚ ਆਪਾਂ ਉਸ ਅਦਾਕਾਰ ਬਾਰੇ ਗੱਲ ਕਰਾਂਗੇ ਜਿਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤਾਂ ਹਿੰਦੀ ਸਿਨੇਮਾ ਤੋਂ ਕੀਤੀ ਪਰ ਪੰਜਾਬੀ ਸਿਨੇਮਾ ਵਿੱਚ ਵੀ ਖਾਸ ਜਗ੍ਹਾ ਬਣਾਈ ਤੇ ਇਹਨਾਂ ਦਾ ਨਾਮ ਹੈ ਰਮਾ ਵਿਜ ਤੇ 1981 ਦੀ ਫਿਲਮ ਚੰਨ ਪ੍ਰਦੇਸੀ ਹੀ ਸੀ ਜਿਸ ਨਾਲ ਰਮਾ ਵਿਜ ਦੀ ਪਛਾਣ ਪੰਜਾਬੀ ਫਿਲਮਾਂ ਵੇਖਣ ਵਾਲਿਆਂ ਵਿੱਚ ਬਣੀ ਰਮਾ